ਅੰਮ੍ਰਿਤਸਰ ਵਿੱਚ ਪਟਾਕਾ ਫੈਕਟਰੀ 'ਚ ਹੋਏ ਭਿਆਨਕ ਧਮਾਕੇ ਨਾਲ ਲੱਗੀ ਅੱਗ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ। ਅੰਮ੍ਰਿਤਸਰ ਇੱਬਣ ਵਿਖੇ ਪਟਾਕਿਆਂ ਦੀ ਫੈਕਟਰੀ 'ਚ ਧਮਾਕਾ ਹੋਣ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਇੱਬਣ ਵਿਖੇ ਚੱਲ ਰਹੀ ਦੇਸੀ ਪਟਾਕਿਆਂ ਦੀ ਫੈਕਟਰੀ 'ਚ ਹਵਾਈ ਤਿਆਰੀਆਂ ਹੁੰਦੀਆਂ ਹਨ। ਅੱਜ ਸਵੇਰੇ ਉੱਥੇ ਧਮਾਕਾ ਹੋਣ ਨਾਲ ਛੱਤ ਨੂੰ ਨੁਕਸਾਨ ਪਹੁੰਚਿਆ। ਨਜਾਇਜ਼ ਤੌਰ ਤੇ ਪਟਾਕਿਆਂ ਦੀਆਂ ਫੈਕਟਰੀਆਂ ਚਲਾਉਣ ਵਾਲਿਆਂ ਅਤੇ ਲਾਪਰਵਾਹੀ ਕਾਰਨ ਆਏ ਦਿਨ ਧਮਾਕੇ ਹੁੰਦੇ ਰਹਿੰਦੇ ਹਨ, ਜੋ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ ਧਮਾਕੇ ਦੇਸੀ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ 'ਚ ਆਮ ਹੁੰਦੇ ਰਹਿੰਦੇ ਹਨ। ਚੱਲ ਰਹੀ ਫੈਕਟਰੀ 'ਚ ਬਿਜਲੀ ਦੀਆਂ ਤਾਰਾਂ ਸ਼ਾਰਟ ਹੋਣ ਕਾਰਨ ਧਮਾਕਾ ਹੋਇਆ। ਫੈਕਟਰੀ 'ਚ ਕੋਈ ਵੀ ਲੇਬਰ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਚਾਰੇ ਪਾਸੇ ਸਾਡੇ ਪੈਲੀ ਲੱਗਦੀ ਆ। ਹਾਂਜੀ, ਅੱਗੇ ਦੋ ਵਾਰੀ ਫੈਕਟਰੀ ਉੱਡ ਚੁੱਕੀ ਆ, ਪੈਸੇ ਦੇ ਦਮ ਤੇ ਫਿਰ ਚੱਲਦੀ ਆ ਜੀ। ਆਹ 10 ਮਿੰਟ ਹੁਣ ਮੁੱਦਾ ਉੱਠਣਾ, ਜੇ ਬਾਅਦ ਖੇਲ ਕੋਈ ਬੋਲਦਾ ਫਿਰ ਮਾਲ ਕਿੱਥੇ ਨੀ, ਇਹਨਾਂ ਦੇ ਰਿਸ਼ਤੇਦਾਰ ਬਾਹਰੋਂ ਵੇਖ ਕੇ ਚਲੇ ਜਾਣਾ। ਤੇ ਛੋਟੇ ਬੂਹੇ ਸਾਡੇ ਕਿਲੋ ਘਰ 40-42 ਜਾਣੇ ਇੱਥੇ ਕੰਮ ਕਰਦੇ ਆ। ਸਵੇਰੇ ਕੋਈ ਜਾਨੀ ਨੁਕਸਾਨ ਵੀ ਹੋਇਆ ਕਿਸੇ ਦਾ? ਹਾਂਜੀ, ਜਾਨੀ ਨੁਕਸਾਨ ਸੱਟਾਂ ਲੱਗੀਆਂ, 10 ਦਿਨ ਹੀ ਪਿਆ, ਬਟ ਸ਼ਹਿਰ ਲੈ ਗਏ ਆ, ਲੱਤਾਂ ਵੀ ਟੁੱਟ ਗਿਆ ਇੱਕ ਦੋ ਜਾਣੇ ਦੀਆਂ, ਤੇ ਲੈ ਗਏ ਆ। ਇਹ ਫੈਕਟਰੀ ਸੀਲ ਹੋਣੀ ਚਾਹੀਦੀ ਕਿਸੇ ਤਰ੍ਹਾਂ। ਹਰ ਵਾਰੀ ਸਿਆਸੀ ਬਾਹਰ ਰੱਖਦਾ, ਕਿੱਦਾਂ ਮਰਜ਼ੀ ਫੈਕਟਰੀ ਹਰ ਵਾਰ ਚੱਲਦੀ ਰਹਿੰਦੀ। ਸਾਡੀ ਲਾਗੇ ਜ਼ਮੀਨ ਆ, ਸਾਡੀ ਨਾਲ ਹੀ ਆ ਜੀ ਰੋਡ ਦੇ ਉੱਤੇ। ਨੁਕਸਾਨ ਵੇਖ ਲਿਆ ਜੀ, ਆ ਵੇਖੋ ਸਾਰਾ ਝੋਨਾ ਸਾਡਾ ਖਰਾਬ ਹੋ ਗਿਆ, ਤੇ ਅਸੀਂ ਇੱਥੋਂ ਟਰੈਕਟਰ ਤੇ ਹੁਣੇ ਪੱਠੀਆਂ ਲੈ ਕੇ ਨਾਲ ਲਾਗੇ ਗਏ ਹਾਂ, ਤੇ 10 ਮਿੰਟ ਬਾਅਦ ਧਮਾਕਾ ਹੋਇਆ। ਸਾਡੀ ਆਪਣੀ ਜਾਨ ਨੂੰ ਖਤਰਾ ਵੀ ਕਈ ਵਾਰੀ ਇਹਨਾਂ ਨੂੰ ਗਿਆ ਹੋਇਆ, ਸਿਰਫ ਇੰਗਰੀ ਰੰਗ ਗਲੀ ਭਾਈ ਨਾ, ਸਿਰਫ ਇਹੀ ਤਿਆਰ ਕਰਦੇ ਹਾਂ ਕਿ ਤੁਹਾਡੇ ਸਾਹਮਣੇ ਵੇਖੋ ਬਰੂਦ ਆ, ਦੋਗਦਾ ਪਿੰਡ ਦੇ ਵਿੱਚ ਵੀ ਆ, ਪਿੰਡ ਵਾਲੇ ਕੋਈ ਬੋਲਦਾ ਨੀ ਵਰਦਾ ਮਾਰਾ ਇਹਨਾਂ ਦੇ ਕਰਕੇ। ਉਹ ਵੀ ਸੀਲ ਹੋਣੀ ਚਾਹੀਦੀ ਆ, ਪਿੰਡ ਵੀ ਅਸਲਾ ਜਾਂਦਾ ਬੰਨੇ ਤਿਆਰ ਹੁੰਦਾ, ਉਹ ਬੰਦ ਹੋਣਾ ਚਾਹੀਦਾ ਵਾ। ਹਰ ਵਾਰੀ ਦਬਾਅ ਵਾਜ ਕੋਈ ਡਰਦਾ ਮਾਰਾ ਵੀ ਗੱਲ ਕਰਦਾ ਸਾਲੂ ਭਾਈ, ਸਭ ਤੋਂ ਜ਼ਿਆਦਾ ਇਹ ਇੱਧਰ ਵੇਖੋ ਵੀ ਈਵਨ ਜੇ ਕਣਕ ਦੀ ਫਸਲ ਹੁੰਦੀ ਤੇ ਨੁਕਸਾਨ ਕਿੰਨਾ ਹੋਣਾ ਸੀਗਾ, ਕਿੱਥੇ ਤੀਕਰ ਜਾਣਾ ਸੀ, ਝੋਨਿਆਂ ਕਰਕੇ ਬਚਾਅ ਹੋਇਆ, ਜਿੰਨਾ ਵੱਡਾ ਬਲਾਸਟ ਹੋਇਆ ਵਾ ਉਹ ਦੂਰ ਤੀਕਰ ਜਾਣੇ, ਮੇਰੇ ਹਿਸਾਬ ਦੇ ਅੱਗ ਦੇ ਸਾਹਮਣੇ ਨਹੀਂ ਜਾਣੇ। ਮੰਗ ਇਹ ਹੋਈ ਆ ਵੀ ਇਹ ਫੈਕਟਰੀ ਸੀਲ ਹੋਣੀ ਚਾਹੀਦੀ ਆ, ਬਕਾਇਦਾ ਇਹਦਾ ਲਾਇਸੈਂਸ ਕੈਸਣਾ ਚਾਹੀਦਾ। ਦੋ ਹੋਰ ਆ ਗਈਆਂ ਫੈਕਟਰੀ, ਉਹਨਾਂ ਦਾ ਵੀ ਪਿੰਡ ਦੇ ਲਾਗੇ ਜਾਂ ਬਿਲਕੁਲ ਪਿੰਡ ਦੇ 100 ਮੀਟਰ ਦੀ ਦੂਰੀ ਤੇ ਇੱਕ ਫੈਕਟਰੀ ਆ ਫੁੱਲ ਘੜੀਆਂ ਦੀ, ਉਹ ਵੀ ਬੰਦ ਹੋਣੀ ਚਾਹੀਦੀ ਆ। ਫੈਕਟਰ ਕਸ਼ਮੀਰ ਸਿੰਘ SHO ਚਾਟੀ ਪਿੰਡ, ਇਹ ਪਿੰਡ ਇਬਣ ਕਲਾਂ ਦੇ ਵਿੱਚ ਬਾਰ ਬਾਰ ਫੈਕਟਰੀ ਪਟਾਕਾ ਫੈਕਟਰੀ ਆ। ਤਰਵਿੰਦਰ ਸਿੰਘ ਜੈਲੀ ਆ ਨਾਮ ਦਾ ਬੰਦਾ, ਗੁਰੂ ਨਾਨਕ ਕਲੋਨੀ ਅੰਮ੍ਰਿਤਸਰ ਤਰਨ ਤਾਰਨ ਰੋਡ ਤੇ ਰਹਿੰਦਾ ਹੈ। ਉਹਨਾਂ ਦੀ ਪਟਾਕਿਆਂ ਦੀ ਫੈਕਟਰੀ ਆ, ਅਤੇ ਸੁਬਹਾ ਉਹਨਾਂ ਦੇ ਦੱਸਣ ਮੁਤਾਬਕ ਹੈ ਲੇਬਰ ਵਾਲੇ ਜਦੋਂ ਸਮਰਸੀਬਲ ਚਾਲੂ ਕੀਤਾ ਗਿਆ ਤਾਂ ਉਹਦੇ ਨਾਲ ਸ਼ਾਰਟ ਸਰਕਟ ਹੋਣ ਕਰਕੇ ਜਿਹੜੀ ਆ ਪਟਾਕੇ ਨੂੰ ਲੱਗੀ, ਉਹਦਾ ਕਰਕੇ ਇਹ ਅਸੀਂ ਹੁਣ ਪਤਾ ਕਰ ਰਹੇ ਹਾਂ। ਉਹਨਾਂ ਨੂੰ ਬੁਲਾਇਆ, ਅੱਗ 'ਤੇ ਪੂਰਾ ਕੰਟਰੋਲ ਆ, ਬੁਝ ਗਈ ਅੱਗ, ਨਿੱਕੇ ਪਟਾਕੇ ਫਿਰ ਵਿੱਚ ਵਿੱਚ ਧੂੰਆਂ ਵਿੱਚ ਬਲ ਰਿਹਾ ਹਟ ਜਾਂਦੇ ਆ, ਫਾਇਰ ਬ੍ਰਿਗੇਡ ਚੱਲੀ ਜਾਂਦੀ, ਅਜੇ ਕੋਈ ਨਹੀਂ ਬੁਲਾ ਰਹੇ ਹਾਂ, ਉਹਨਾਂ ਦਾ ਲਾਇਸੈਂਸ ਚੈੱਕ ਕਰ ਰਹੇ ਹਾਂ, ਉਹਨਾਂ ਵੱਲੋਂ ਕਹਿਣ ਮੁਤਾਬਕ ਵੀ ਇਹ ਲਾਇਸੈਂਸ ਹੀ ਆ ਇਹਨਾਂ ਦੀ। ਲੇਬਰ ਉਹਨਾਂ ਦੇ ਕਹਿਣ ਮੁਤਾਬਕ ਕੀ ਆ, ਲੇਬਰ ਨੇ ਆਣ ਕੇ ਸਮਰਸੀਬਲ ਜਦੋਂ ਚਾਲੂ ਕੀਤਾ ਤੇ ਸਮਰਸੀਬਲ ਦੇ ਸ਼ਾਰਟ ਸਰਕਟ ਨਾਲ ਇਹ ਅੱਗ ਲੱਗੀ। ਤੇ ਲੇਬਰ ਹੁਣ ਠੀਕ ਹੈ? ਹਾਂ ਬਿਲਕੁਲ। ਕੀ ਫੈਕਟਰੀ ਦਾ ਨਾਮ ਕੀ ਹੈ? ਫੈਕਟਰੀ ਦਾ ਨਾਮ ਨਹੀਂ, ਜੌਲੀ 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 ਆ, ਤਰਵਿੰਦਰ ਸਿੰਘ ਜੌਲੀ ਦੀ ਫੈਕਟਰੀ ਆ, ਨਾਂ ਦਾ ਤਾਂ ਮੈਨੂੰ ਪਤਾ ਨਹੀਂ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਅਗਰ ਫੈਕਟਰੀ ਰਜਿਸਟਰਡ ਵੀ ਹੋਈ ਤਾਂ ਕੀ ਕਾਰਵਾਈ ਕੀ ਕੀਤੀ ਜਾਏਗੀ? ਅਸੀਂ ਹੁਣ ਦੇਖਦੇ ਹਾਂ ਨਾ ਉਹਦੇ ਕੋਲ ਕਿੰਨਾ ਕੁ ਸਟਾਕ ਰੱਖ ਸਕਦਾ, ਉਹਦਾ ਸਟਾਕ ਚੈੱਕ ਕਰਦੇ ਹਾਂ, ਚੈੱਕ ਕਰਦੇ ਹਾਂ, ਹਾਂਜੀ ਉਹਦੇ ਮੁਤਾਬਕ ਚਾਹੀਦੀ। ਠੀਕ ਹੈ, ਠੀਕ ਹੈ। ਗਾਂ ਤੋਂ ਬਾਹਰ ਆਪਣੇ ਸ਼ਹਿਰ ਤੋਂ ਵੀ ਬਾਹਰ ਜਿਹੜੀ ਇਹ ਫੈਕਟਰੀ ਆ, ਇਹਨਾਂ ਦੇ ਦੱਸਣ ਮੁਤਾਬਕ ਇਹ ਲਾਇਸੈਂਸੀ ਫੈਕਟਰੀ ਆ, ਜਿਹੜਾ ਮਾਲਕ ਨੇ ਉਹਨਾਂ ਨੂੰ ਅਸੀਂ ਲਾਇਸੈਂਸ ਪ੍ਰੋਡਿਊਸ ਕਰਨ ਲਈ ਵੀ ਕਹਿ ਦਿੱਤਾ ਕਿ ਉਹ ਆਪਾਂ ਲਾਇਸੈਂਸ ਪ੍ਰੋਡਿਊਸ ਕਰਨ ਅਤੇ ਤਾਂ ਕਿ ਅਸੀਂ ਆਪਣੇ ਰਿਕਾਰਡ ਮੁਤਾਬਕ ਚੈੱਕ ਕਰ ਸਕੀਏ। ਕੋਈ ਵੀ ਜਿਹੜਾ ਹੈ ਜਾਨੀ ਨੁਕਸਾਨ ਨਹੀਂ ਹੈ, ਕਿਉਂਕਿ ਫੈਕਟਰੀ ਪਿੰਡ ਤੋਂ ਬਾਹਰ ਬਣੀ ਹੋਈ ਆ ਅਤੇ ਜਿਹੜੇ ਵਰਕਰ ਕੋਈ ਸੀਗੇ ਉਹਨਾਂ ਨੇ ਸ਼ਾਇਦ ਮੋਸਟ ਪ੍ਰੋਬੇਬਲੀ ਜੋ ਹੁਣ ਤੱਕ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਲੱਗਦਾ ਵੀ ਸ਼ਾਇਦ ਕੋਈ ਸ਼ਾਰਟ ਸਰਕਟ ਹੋਇਆ ਜਦੋਂ ਸਵੇਰੇ ਉਹਨਾਂ ਨੇ ਕੋਈ ਮੋਟਰ ਵਗੈਰਾ ਔਨ ਕੀਤੀ ਅਤੇ ਉਹ ਇਨੀਸ਼ੀਅਲ ਜਿਹੜੀ ਜਦੋਂ ਅੱਗ ਲੱਗੀ ਤਾਂ ਉਹ ਬਾਹਰ ਚਲੇ ਗਏ ਅਤੇ ਉਸ ਤੋਂ ਬਾਅਦ ਜਿਹੜੇ ਆ, ਹਾਲਾਂਕਿ ਫੈਕਟਰੀ ਨੂੰ ਜਿਹੜਾ ਨੁਕਸਾਨ ਹੋਇਆ ਜਿੱਥੇ ਸਟੋਰ ਕੀਤਾ ਹੋਇਆ ਸੀਗਾ ਸਮਾਨ ਉਹਨਾਂ ਨੇ, ਬਟ ਜਾਨੀ ਨੁਕਸਾਨ ਪੈ ਗਿਆ। ਜਾਨੀ ਨੁਕਸਾਨ ਕੋਈ ਸਰ, ਤੁਹਾਨੂੰ ਜਿਹੜੀ ਇਹਨਾਂ ਦੇ ਵਰਕਰਾਂ ਦੀ ਕਿਸੇ ਨੂੰ ਕੋਈ ਜ਼ਖਮੀ ਹੁੰਦੀ ਸੀ, ਤੁਹਾਨੂੰ ਕਿਤੇ ਬਾਹਰ ਕਿਤੇ ਚਲੇ ਗਏ? ਨਹੀਂ ਜੀ, ਨਹੀਂ ਇੱਦਾਂ ਨਹੀਂ ਹੈਗਾ, ਮੈਂ ਦੁਬਾਰਾ ਵੀ ਆ ਕੇ ਤਾਂ ਹੀ ਇਹ ਚੀਜ਼ ਚੈੱਕ ਕੀਤੀ ਹੈ, ਕਿਉਂਕਿ ਪਹਿਲਾਂ ਇੱਦਾਂ ਦੀ ਰਿਪੋਰਟ ਆ ਰਹੀ ਸੀਗੀ
ਤੇ ਪੁਲਿਸ ਨੇ ਉਹਨੇ ਕਿਹਾ ਕਿ ਦੁਬਾਰਾ ਇਸ ਚੀਜ਼ ਨੂੰ ਵੈਰੀਫਾਈ ਕਰ ਲਿਆ ਜਾਵੇ ਅਦਰਵਾਈਜ਼ ਕੋਈ ਇਦਾਂ ਦੇ ਰਿਪੋਰਟ ਸਰ ਪਿਛਲੇ ਸਮੇਂ ਵੀ ਕਹਿ ਰਹੇ ਸੀ ਫੈਕਟਰੀ ਦੇ ਵਿੱਚ ਪਹਿਲਾਂ ਵੀ ਬਲਾਸਟ ਜਿਹੜੇ ਸੀ ਉਹ ਹੋਇਆ ਸੀ ਕਿਉਂਕਿ ਧਿਆਨ ਦੇ ਵਿੱਚ ਆ ਤੁਹਾਡਾ ਨਹੀਂ ਮੇਰੇ ਟੈਨਿਊਰ ਦੌਰਾਨ ਤਾਂ ਨਹੀਂ ਇਦਾਂ ਦਾ ਕੁਛ ਚੀਜ਼ ਦਾ ਧਿਆਨ ਹੈਗਾ ਮੈਨੂੰ ਜੇ ਪਹਿਲਾਂ ਹੋਇਆ ਹੋਇਆ ਤਾਂ ਜ਼ਰੂਰ ਪੁਲਿਸ ਦੇ ਮੁਤਾਬਕ ਜੋ ਵੀ ਹੋਊਗਾ ਰਿਕਾਰਡ ਹੁੰਦਾ ਇਨੀਸ਼ੀਅਲ ਸਰ ਕੀ ਲੱਗਦਾ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਜੋ ਇਨੀਸ਼ੀਅਲ ਹੈ ਜੀ ਇਹਨਾਂ ਨੂੰ ਪੁਲਿਸ ਨੂੰ ਵੀ ਜੋ ਇਨਫੋਰਮ ਮਿਲੀ ਹੈ ਜਾਂ ਫਾਇਰ ਬ੍ਰਿਗੇਡ ਨੂੰ ਜੋ ਇਨਫੋਰਮ ਮਿਲੀ ਹੈ ਉਹਦੇ ਮੁਤਾਬਕ ਇਹੀ ਹੈ ਕਿ ਇਨੀਸ਼ੀਅਲ ਕੁਛ ਆਨ ਕੀਤਾ ਜਦੋਂ ਆ ਕੇ ਉਹਨਾਂ ਨੇ ਸਵੇਰੇ ਤਾਂ ਉਹਦੇ ਸ਼ਾਰਟ ਸਰਕਟ ਨਾਲ ਜਿਹੜਾ ਇਨੀਸ਼ੀਅਲ ਸਪਾਰਕ ਹੋਇਆ ਲਾਇਸੈਂਸੀ ਫੈਕਟਰੀ ਹੈ ਤਾਂ ਓਬਵੀਅਸਲੀ ਉਹਦੇ ਬਾਅਦ ਜੇ ਉਹਨਾਂ ਨੇ ਲਾਇਸੈਂਸ ਦੇ ਮੁਤਾਬਕ ਸਾਰੀ ਕੰਡੀਸ਼ਨਾਂ ਮੀਟ ਕਰਦੇ ਸੀ ਕਿ ਨਹੀਂ ਕਰਦੇ ਸੀ ਜੇ ਉਹ ਇੱਦਾਂ ਦੀ ਕੋਈ ਉਹਨਾਂ ਦੀ ਲੈਕ ਹੋਊਗਾ ਜੋ ਲਾਇਸੈਂਸ ਮੁਤਾਬਕ ਉਹਨਾਂ ਦੀ ਕੋਈ ਕੰਡੀਸ਼ਨ ਹੁੰਦੀਆਂ ਜਾਂ ਉਹਨਾਂ ਦਾ ਸਟਾਕ ਜਿਹੜਾ ਕੋਈ ਗਲਤ ਪਾਇਆ ਜਾਂਦਾ ਵੱਧ ਪਾਇਆ ਜਾਂਦਾ ਤਾਂ ਜ਼ਰੂਰ ਕਰਦੇ